ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚ ਇਸ ਸਮੇਂ ਮੌਜੂਦ ਹਾਂ। ਦੱਸ ਦਈਏ ਕਿ ਅੱਜ ਤੋਂ ਜੋ ਝੋਨੇ ਦੀ ਸਰਕਾਰੀ ਖਰੀਦ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ 1 ਅਕਤੂਬਰ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ। ਅਤੇ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾ ਦਈਏ ਕਿ ਰਾਜਪੁਰਾ ਦੀ ਅਨਾਜ ਮੰਡੀ ਦੀਆਂ ਤਸਵੀਰਾਂ ਨੇ, ਜਿੱਥੇ ਜੋ ਦੱਸਿਆ ਜਾ ਰਿਹਾ ਕਿ ਹਾਲੇ ਤੱਕ ਜੋ ਸਰਕਾਰੀ ਖਰੀਦ ਹੈ ਪਰਮਲ ਹੈ ਉਸਦੀ ਜਿਹੜੀ ਹੈ ਬਹੁਤ ਘੱਟ ਜੋ ਕਿਸਾਨ ਲੈ ਕੇ ਪਹੁੰਚੇ ਨੇ, ਅਤੇ ਬਾਸਮਤੀ ਜਿਹੜੀ ਪ੍ਰਾਈਵੇਟ ਖਰੀਦ ਹੈ ਜੋ ਪਿਛਲੇ ਜੋ ਦੱਸਿਆ ਜਾ ਰਿਹਾ ਕਿ 15 ਦਿਨਾਂ ਤੋਂ ਲਗਾਤਾਰ ਪ੍ਰਾਈਵੇਟ ਖਰੀਦ ਜਿਹੜੀ ਹੈ ਇਸ ਸਮੇਂ ਹੋ ਰਹੀ ਸੀ, ਤਾਂ ਜੋ ਸਰਕਾਰੀ ਖਰੀਦ ਹੈ ਉਹ ਅੱਜ ਤੋਂ ਸ਼ੁਰੂ ਹੋ ਚੁੱਕੀ ਹੈ। ਅਤੇ ਜਿਸ ਦੇ ਵਿੱਚ ਜੋ ਪਰਮਲ ਹੈ ਉਹ ਪਰਮਲ ਜਿਹੜੀ ਹੈ ਖਰੀਦੀ ਜਾਵੇਗੀ, ਜਿਸ ਦੇ ਵਿੱਚ 4 ਮੁੱਖ ਏਜੰਸੀਆਂ ਜਿਹੜੀਆਂ ਨੇ ਇਸ ਸਮੇਂ ਦੱਸਿਆ ਜਾ ਰਿਹਾ ਹੈ ਕਿ ਪਨਸਬ, ਪਨਗ੍ਰੇਨ, ਮਾਰਕਫੈਡ ਅਤੇ ਇੱਕ ਹੋਰ ਜਿਹੜੀ ਕੰਪਨੀ ਹੈ ਜਿਸ ਦੇ ਵੱਲੋਂ ਜਿਹੜੀ ਹੈ ਸਰਕਾਰੀ ਖਰੀਦ ਇਸ ਵੇਲੇ ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚ ਕੀਤੀ ਜਾਣੀ ਹੈ। ਕੁਝ ਹੀ ਦੇਰੀ ਦੇ ਵਿੱਚ ਜਿਹੜੇ ਨੇ ਅਧਿਕਾਰੀ ਇੱਥੇ ਪਹੁੰਚਣਗੇ, ਉਹਨਾਂ ਦੇ ਵੱਲੋਂ ਜੋ ਕਿ ਅੱਜ ਜਿਹੜੀ ਹੈ ਸਰਕਾਰੀ ਖਰੀਦ ਸ਼ੁਰੂ ਕੀਤੀ ਜਾਵੇਗੀ। ਅਤੇ ਕੱਲ੍ਹ ਦੀ ਗੱਲ ਕਰੀਏ ਤਾਂ ਕੱਲ੍ਹ ਵੀ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਜੋ ਪ੍ਰਸ਼ਾਸਨਿਕ ਅਧਿਕਾਰੀ ਨੇ ਉਹ ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚ ਪਹੁੰਚਦੇ ਨੇ। ਉਹਨਾਂ ਦੇ ਵੱਲੋਂ ਜਾਇਜ਼ਾ ਲਿਆ ਜਾਂਦਾ ਹੈ ਕਿ ਜੋ ਪੰਜਾਬ ਸਰਕਾਰ ਦੇ ਵੱਲੋਂ ਕਿਹਾ ਗਿਆ ਸੀਗਾ ਕਿ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ, 1-1 ਦਾਣਾ ਜਿਹੜਾ ਉਹਨਾਂ ਦਾ ਖਰੀਦਿਆ ਜਾਵੇ, ਜਿਹਦੇ ਵਿੱਚ ਪਾਣੀ, ਬਿਜਲੀ, ਬਾਥਰੂਮ ਅਤੇ ਹੋਰ ਜਿਹੜੀਆਂ ਨੇ ਲਾਈਟ ਦੀ ਪ੍ਰਬੰਧ, ਤਰਪਾਲਾਂ ਅਤੇ ਜਿਹੜੀ ਹੈ ਪ੍ਰਬੰਧ ਕਰਨ ਦੇ ਲਈ ਜੋ ਮਾਰਕੀਟ ਕਮੇਟੀ ਰਾਜਪੁਰਾ ਜਿਹੜੀ ਆ ਉਹਦੇ ਵੱਲੋਂ ਕਿਹਾ ਜਾਂਦਾ ਕਿ ਉਹਨਾਂ ਦੇ ਪ੍ਰਬੰਧ ਜਿਹੜੇ ਨੇ ਪੂਰੇ ਨੇ। ਪਰ ਇਸ ਵਾਰ ਦੇਖਣਾ ਹੋਵੇਗਾ ਕਿ ਪ੍ਰਸ਼ਾਸਨ ਦੇ ਵੱਲੋਂ ਕਿੰਨੇ ਕੁ ਪ੍ਰਬੰਧ ਕੀਤੇ ਗਏ ਨੇ, ਕੀ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਇਸ ਵਾਰ ਕਰਨਾ ਪਵੇਗਾ ਜਾਂ ਨਹੀਂ, ਕਿਉਂਕਿ ਪਾਣੀ ਦੀ ਜਿਹੜੀ ਹੈ ਬਹੁਤ ਕਿੱਲਤ ਰਹਿੰਦੀ ਹੈ ਗਰਮੀ ਕਾਰਨ। ਅਤੇ ਹੁਣ ਦੇਖਣਾ ਹੋਵੇਗਾ ਪ੍ਰਸ਼ਾਸਨ ਕਿੰਨੀ ਕੁ ਤਿਆਰੀ ਕਰਦਾ ਹੈ। ਫਿਲਹਾਲ ਜੋ ਮੰਡੀ ਬੋਰਡ ਹੈ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਉਹਨਾਂ ਦੀਆਂ ਜਿਹੜੀਆਂ ਨੇ ਮੰਡੀਆਂ ਦੇ ਵਿੱਚ ਨੇ ਪੂਰੇ ਪ੍ਰਬੰਧ ਇਸ ਸਮੇਂ ਉਹਨਾਂ ਦੇ ਵੱਲੋਂ ਕਰ ਲਏ ਗਏ ਨੇ। ਕਿ ਜੇਕਰ ਗੱਲ ਕੀਤੀ ਜਾਵੇ ਤਾਂ ਮਜ਼ਦੂਰਾਂ ਦੀ ਤਾਂ ਕੁਝ ਜਿਹੜੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਹੜਤਾਲ ਕੀਤੀ ਹੋਈ ਹੈ, ਪਰ ਕਈ ਥਾਵਾਂ ਦੇ ਉੱਪਰ ਜਿਹੜੇ ਨੇ ਹਲੇ ਵੀ ਕਰ ਰਹੇ ਨੇ। ਪਹਿਲਾਂ ਆੜ੍ਹਤੀਆਂ ਦੀ ਹੜਤਾਲ ਦਾ ਜ਼ਿਕਰ ਸਾਹਮਣੇ ਆਇਆ ਸੀ, ਪਰ ਰਾਜਪੁਰਾ ਦੇ ਵਿੱਚ ਆੜ੍ਹਤੀਆਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਹਲੇ ਕਿਸੇ ਤਰ੍ਹਾਂ ਦੀ ਹੜਤਾਲ ਜੋ ਨਹੀਂ ਉਹਨਾਂ ਦੇ ਵੱਲੋਂ ਕੀਤੀ ਜਾ ਰਹੀ ਹੈ। ਜੋ ਅੱਜ ਤੋਂ ਜਿਹੜੀ ਹੈ ਫਸਲ ਜਿਹੜੀ ਹੈ ਕਿਸਾਨ ਆਪਣੀ ਲੈ ਕੇ ਪਹੁੰਚਣ, ਸੁਕਾ ਕੇ ਪਹੁੰਚਣ, ਅਤੇ ਉਹਨਾਂ ਦੀ ਸਰਕਾਰੀ ਖਰੀਦ ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚ ਕੀਤੀ ਜਾਵੇਗੀ। ਜੋ DMO ਨੇ ਉਹਨਾਂ ਦੇ ਵੱਲੋਂ ਵੀ ਕਿਸਾਨਾਂ ਨੂੰ ਅਤੇ ਹੋਰ ਜਿਹੜੇ ਕਿਹਾ ਜਾ ਰਿਹਾ ਕਿ ਉਹਨਾਂ ਦੇ ਵੱਲੋਂ ਪ੍ਰਬੰਧ ਇਸ ਸਮੇਂ ਪੂਰੇ ਕੀਤੇ ਗਏ ਨੇ। ਅਤੇ ਇੱਕ ਵਾਰ ਤਸਵੀਰ ਤੁਹਾਨੂੰ ਦਿਖਾ ਦਈਏ ਕਿ ਫਿਲਹਾਲ ਜਿਸ ਤਰ੍ਹਾਂ ਪਿਛਲੇ ਸਾਲ ਜਿਹੜਾ ਦੱਸਿਆ ਜਾ ਰਿਹਾ ਕਿ 21,000 ਜੋ ਕੁਛ ਟਨ ਦੇ ਕਰੀਬ ਜਿਹੜਾ 949 ਟਨ ਦੇ ਕਰੀਬ ਜਿਹੜਾ ਇਹ ਫਸਲ ਪਿਛਲੇ ਸਾਲ ਜਿਹੜੀ ਹੈ 1 ਅਕਤੂਬਰ ਨੂੰ ਰਾਜਪੁਰਾ ਦੀ ਅਨਾਜ ਮੰਡੀ ਦੇ ਵਿੱਚ ਪਹੁੰਚੀ ਸੀ, ਪਰ ਹਾਲੇ ਜੋ ਦੱਸਿਆ ਜਾ ਰਿਹਾ ਕਿ ਜ਼ਿਆਦਾਤਰ ਜਿਹੜੀ ਹੈ ਬਾਸਮਤੀ ਦੀ ਫਸਲ ਇਸ ਸਮੇਂ ਅਨਾਜ ਮੰਡੀ ਦੇ ਵਿੱਚ ਪਹੁੰਚ ਰਹੀ ਹੈ। ਜੋ 126 ਦੀ ਗੱਲ ਕਰੀਏ ਜਾਂ ਫਿਰ 26 ਦੀ ਗੱਲ ਕਰੀਏ, ਉਹ ਹਲੇ ਬਹੁਤ ਜਿਹੜੀ ਹੈ ਘੱਟ ਇੱਥੇ ਪਹੁੰਚ ਰਹੀ ਹੈ। ਅਤੇ ਉਹਦਾ ਕਾਰਨ ਜੋ ਦੱਸਿਆ ਜਾ ਰਿਹਾ ਕਿ ਜੋ ਬਰਸਾਤ ਕਾਰਨ ਜਿਹੜਾ ਕਾਰਨ ਦੱਸਿਆ ਜਾ ਰਿਹਾ ਕਿ ਲੇਟ ਬੜਾਈ ਹੋਵੇਗੀ, ਅਤੇ ਹਫ਼ਤੇ ਦਾ ਟਾਈਮ ਜਿਹੜਾ ਹੋਰ ਇਸ ਸਮੇਂ ਫਸਲ ਨੂੰ ਮੰਡੀਆਂ ਦੇ ਵਿੱਚ ਪਹੁੰਚਣ ਨੂੰ ਲੱਗ ਸਕਦਾ ਹੈ। ਕੈਮਰਾ ਪਰਸਨ ਅਨਮੋਲ ਦੇ ਨਾਲ ਗੁਰਪ੍ਰੀਤ ਧੀਮਾਨ, ABP ਸਾਂਝਾ, ਰਾਜਪੁਰਾ।